ਪਤੀ ਨੇ ਕੀਤਾ ਆਪਣੀ ਦੂਸਰੀ ਪਤਨੀ ਦਾ ਕਤਲ, ਕੈਂਚੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ। ਪਤੀ ਨੇ ਪਹਿਲਾਂ ਆਪਣੀ ਪਹਿਲੀ ਪਤਨੀ ਦਾ ਵੀ ਕੀਤਾ ਸੀ ਕਤਲ, 10 ਸਾਲ ਸਜ਼ਾ ਕੱਟ ਕੇ ਆਇਆ ਸੀ ਬਾਹਰ। ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਪਤੀ ਨੇ ਹੈਵਾਨੀਅਤ ਦੀਆਂ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ ਨੇ। ਦੱਸ ਦਈਏ ਕਿ ਆਪਣੀ ਦੂਸਰੀ ਪਤਨੀ ਦਾ ਕੈਂਚੀਆਂ ਮਾਰ ਮਾਰ ਕੇ ਬੇਰਹਿਮੀ ਦੇ ਨਾਲ ਘਰ ਦੇ ਵਿੱਚ ਹੀ ਕਤਲ ਕਰ ਦਿੱਤਾ। 4 ਮਹੀਨੇ ਪਹਿਲਾਂ ਹੀ ਕਿਹਾ ਜਾ ਰਿਹਾ ਕਿ ਇਸਨੇ ਲਵ ਮੈਰਿਜ ਕਰਵਾਈ ਸੀ। ਹਾਲਾਂਕਿ ਜੋ ਔਰਤ ਸੀ ਉਹ ਆਪਣੇ ਬੇਟੇ ਦੇ ਕੋਲ ਰਹਿੰਦੀ ਸੀ ਅਤੇ ਇਹ ਜੋ ਉਸਦਾ ਪਤੀ ਸੀ ਉਸਨੂੰ ਵਾਰ ਵਾਰ ਤੰਗ ਪਰੇਸ਼ਾਨ ਕਰਦਾ ਸੀ ਕਿ ਉਹ ਉਸਦੇ ਨਾਲ ਆ ਕੇ ਰਵੇ। ਤਾਂ ਦੱਸ ਦਈਏ ਕਿ ਇਸ ਗੱਲ ਤੋਂ ਦੋਵਾਂ ਦੇ ਵਿਚਕਾਰ ਕਾਫ਼ੀ ਜ਼ਿਆਦਾ ਵਿਵਾਦ ਹੋਇਆ ਅਤੇ ਗੁੱਸੇ ਦੇ ਵਿੱਚ ਆਏ ਪਤੀ ਨੇ ਆਪਣੀ ਦੂਸਰੀ ਪਤਨੀ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਜੋ ਪਤੀ ਹੈ ਪਹਿਲਾਂ ਉਸਦਾ ਵਿਆਹ ਹੋਇਆ ਸੀ, ਉਸਨੇ ਪਹਿਲਾਂ ਆਪਣੀ ਪਹਿਲੀ ਪਤਨੀ ਦਾ ਕਤਲ ਕੀਤਾ ਸੀ ਅਤੇ 10 ਸਾਲ ਸਜ਼ਾ ਕੱਟ ਕੇ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀ ਅਤੇ ਬਾਹਰ ਆਉਂਦੇ ਜਦੋਂ ਉਹ ਇਸ ਔਰਤ ਦੇ ਨਾਲ ਸੰਪਰਕ ਦੇ ਵਿੱਚ ਆਇਆ ਤਾਂ ਦੋਵਾਂ ਦੇ ਵਿੱਚ ਪਿਆਰ ਹੋ ਗਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਦੋਵਾਂ ਨੇ 4 ਮਹੀਨੇ ਪਹਿਲਾਂ ਹੀ ਲਵ ਮੈਰਿਜ ਕਰਵਾਈ ਸੀ। ਹਾਲਾਂਕਿ ਜੋ ਔਰਤ ਹੈ ਆਪਣੇ ਬੇਟੇ ਦੇ ਨਾਲ ਆਪਣੀ ਨੂੰਹ ਦੇ ਨਾਲ ਰਹਿੰਦੀ ਸੀ, ਪਰ ਜੋ ਇਸਦਾ ਪਤੀ ਹੈ ਉਹ ਵਾਰ ਵਾਰ ਇਸਨੂੰ ਤੰਗ ਪਰੇਸ਼ਾਨ ਕਰਦਾ ਸੀ ਕਿ ਉਹ ਉਸਦੇ ਨਾਲ ਆ ਕੇ ਰਵੇ। ਜਿਸ ਤੋਂ ਬਾਅਦ ਘਰ ਦੇ ਵਿੱਚ ਜਦੋਂ ਉਹ ਆਉਂਦਾ ਤਾਂ ਆਉਂਦੇ ਸਾਰ ਹੀ ਇਸ ਔਰਤ ਨੂੰ ਕਹਿੰਦਾ ਕਿ ਜੋ ਇਸ ਵਾਰ ਪੀਰ ਬਾਬੇ ਦੀ ਦਰਗਾਹ 'ਤੇ ਮੇਲਾ ਲੱਗਣਾ ਉਹ ਇਸ ਵਾਰ ਦੇਖਣਾ ਇਸਨੂੰ ਨਸੀਬ ਨਹੀਂ ਹੋਵੇਗਾ। ਇਹ ਚੇਤਾਵਨੀ ਦਿੱਤੀ ਜਾਂਦੀ ਹੈ, ਪਰ ਇਸ ਗੱਲ ਨੂੰ ਜੋ ਔਰਤ ਹੈ ਉਹ ਹਲਕੇ ਦੇ ਵਿੱਚ ਲੈਂਦੀ ਹੈ ਅਤੇ ਬਾਅਦ ਦੇ ਵਿੱਚ ਆ ਕੇ ਕਿਹਾ ਜਾ ਰਿਹਾ ਕਿ ਪਤੀ ਨੇ ਉਸਨੂੰ ਸ਼ਰੇਆਮ ਹੀ ਕੈਂਚੀਆਂ ਮਾਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਤਾਂ ਜਲਾਲਾਬਾਦ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਹਿਲਾਂ ਇੱਕ ਪਤੀ ਨੇ ਆਪਣੀ ਪਹਿਲੀ ਪਤਨੀ ਦਾ ਕਤਲ ਕੀਤਾ ਅਤੇ ਉਸਦੇ ਵਿੱਚ 10 ਸਾਲ ਦੀ ਸਜ਼ਾ ਕੱਟੀ ਅਤੇ ਫਿਰ ਜਦੋਂ ਬਾਹਰ ਆਇਆ ਜੇਲ੍ਹ ਦੇ ਵਿੱਚੋਂ ਤਾਂ ਉਸਨੇ ਦੂਸਰਾ ਵਿਆਹ ਕਰਵਾਇਆ ਅਤੇ ਹੁਣ ਦੂਸਰੀ ਪਤਨੀ ਦਾ ਵੀ ਉਸਨੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ, ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਕਹਿਣਾ ਇਹਨਾਂ ਨੇ ਕਿਹਾ ਫੋਨ ਮੈਂ 4 ਮਹੀਨੇ ਪਹਿਲਾਂ ਕਰਵਾਈ, ਇਹ ਨਹੀਂ ਪਤਾ ਕਿੱਥੇ ਕਰਵਾਈ, ਆਪਣਾ ਘਰ ਛੱਡ ਕੇ ਉੱਧਰ ਆ ਤੇ ਇੱਥੋਂ ਅੱਜ ਤੋਂ ਹਫ਼ਤਾ ਪਹਿਲਾਂ ਲੜਾਈ ਮਾੜੀ ਮੋਟੀ ਚੱਲਦੀ ਸੀ। ਇੱਥੇ ਨਾ ਮੇਲਾ ਹੈਗਾ ਸਮਾਨ ਤੇ ਉਹ ਕਹਿੰਦਾ ਤੂੰ ਮੇਲਾ ਨਹੀਂ ਵੇਖਦੀ ਆਉਣ ਵਾਲਾ, ਉਹ ਕਹਿੰਦੀ ਕਿਤੇ ਮਜ਼ਾਕ ਕਰਦਾ ਹੋਵੇਗਾ ਐਵੇਂ, ਚੱਲ ਕੋਈ ਗੱਲ ਨਹੀਂ। ਉਹ ਅੱਜ ਮਾੜਾ ਮੋਟਾ ਮਿੰਟਾਂ 'ਚ ਕੈਂਚੀਆਂ ਮਾਰ ਕੇ ਬਾਹਰ ਹੋ ਗਏ। ਉਹਨੂੰ ਕਹਿੰਦਾ ਨੇੜੇ ਆਏ ਤੁਹਾਨੂੰ ਵੀ ਮਾਰ ਦੇਣਾ, ਉਹ ਚਾਰੀ ਪੈਂਦੀ ਬਾਹਰ ਰੌਲਾ ਪਾਉਣ ਲੱਗ ਪਈ। ਜਿਹਦੇ ਨੂੰ ਉਹਨੇ ਰੌਲਾ ਪਾਇਆ ਇੱਕ ਮਾਰੀ ਉਹ ਮੋਟਰ ਲੈ ਕੇ ਭੱਜ ਗਿਆ, ਦੁਕਾਨਦਾਰ ਮਗਰ ਵੀ ਲੱਗੇ। ਕੈਂਚੀ ਇਹਨਾਂ ਇਹਨੂੰ ਕੱਪੜੇ ਸੀਦੀ ਉਹ ਘਰੇ ਪਈ ਹੁੰਦੀ ਹੈ। ਹਾਂਜੀ ਹਾਂਜੀ, ਕਰਵਾਤੀ ਉਹਨੇ ਵਾਈਫ ਨੂੰ ਮਤਲਬ ਕਿ ਮਾਰ ਕੇ ਪਹਿਲਾਂ ਮੈਂ ਸੁਣਿਆ 10 ਸਾਲ ਕੱਟ ਕੇ ਆਇਆ ਆਪਦੀ ਕੁੜੀ ਮਾਰ ਕੇ ਤੇ ਹੁਣ ਇੱਧਰ ਲਾਉਂਦਾ ਜਾਂਦਾ ਸੀ। ਇਹ ਪ੍ਰਕਾਸ਼ ਕੌਰ ਨਾਂ ਦੀ ਲੇਡੀ ਹੈ, ਇਹਨੂੰ ਗੋਗੀ ਬਾਬਾ ਵੀ ਕਹਿੰਦੇ ਨੇ, ਪੁੱਛਾ ਵਗੈਰਾ ਦਿੰਦੀ ਹੈ ਇਹ। ਅਤੇ ਕੁਛ ਦੇਰ ਪਹਿਲਾਂ ਦੱਸਦੇ ਨੇ ਵੀ ਇਹਦਾ ਕਿਸੇ ਰਮਨ ਵਰਮਾ ਨਾਲ ਇਹਦਾ ਕੋਈ ਲਿੰਕ ਹੋ ਗਿਆ ਸੀ, ਵੀ ਇਹ ਵੀ ਪਤਾ ਲੱਗਿਆ ਵੀ ਇਹਨਾਂ ਨੇ ਵਿਆਹ ਕਰਵਾ ਲਿਆ ਸੀਗਾ। ਉਸ ਦੇ ਤਹਿਤ ਕੋਈ ਝਗੜਾ ਹੋਇਆ ਇਹਨਾਂ ਦਾ ਦੋਨਾਂ ਦਾ ਆਪਸ, ਉਹਨੇ ਕੈਂਚੀਆਂ ਨਾਲ ਇਹਦਾ ਮਰਡਰ ਕਰ ਦਿੱਤਾ ਹੈ। ਇਹ ਜਦੋਂ ਸਾਨੂੰ ਸੂਚਨਾ ਮਿਲੀ ਅਸੀਂ ਮੌਕੇ 'ਤੇ ਪੁੱਜੇ ਅਤੇ ਮੌਕੇ 'ਤੇ ਅਸੀਂ ਸਾਰਾ ਕੁਛ ਹਾਲਾਤ ਦੇਖੇ ਅਤੇ ਲੇਡੀ ਨੂੰ ਫਰੀਦਕੋਟ ਹੋਸਪਿਟਲ 'ਚ ਲੈ ਗਏ ਸੀਗੇ ਅਤੇ ਉੱਥੇ ਉਹ ਟ੍ਰੀਟਮੈਂਟ ਦੇ ਦੌਰਾਨ ਉਹਦੀ ਮੌਤ ਹੋ ਗਈ ਹੈ ਜੀ। ਮਰਡਰ ਦਾ ਕਾਰਨ ਹਜੇ ਪੂਰਾ ਕਲੀਅਰ ਨਹੀਂ ਹੋਇਆ ਕਿਉਂਕਿ ਸਟੇਟਮੈਂਟ ਹਜੇ ਰਿਕਾਰਡ ਹੋਣੀ ਹੈ ਅਤੇ ਸਾਡਾ IO ਜਿਹੜੇ ਇੰਸਪੈਕਟਰ ਸਾਹਿਬ ਨੇ ਸਾਡੇ ਆਪਣਾ ਅੰਗਰੇਜ਼ ਕੁਮਾਰ ਜੀ, ਉਹ ਗਏ ਨੇ ਮੌਕੇ 'ਤੇ ਬਿਆਨ ਲੈਣ। ਜਿਸ ਤਰ੍ਹਾਂ ਦੀ ਸਟੇਟਮੈਂਟ ਹੋਏਗੀ ਉਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਜਾਏਗੀ। ਹਾਂ, ਇਹ ਪਹਿਲਾਂ ਸ਼ਾਦੀਸ਼ੁਦਾ ਸੀ, ਇਹਨੇ ਆਪਣੀ ਵਾਈਫ ਦਾ ਮਰਡਰ ਕਰਤਾ ਸੀ, ਇਹ 10 ਸਾਲ ਦੀ ਸਜ਼ਾ ਕੱਟ ਕੇ ਆਇਆ ਇਹ ਅਤੇ ਇਹਨੇ ਫਿਰ ਇਹ ਦੁਬਾਰਾ ਇਹ ਮਰਡਰ ਕਰ ਦਿੱਤਾ ਹੈ।
ਅਤੇ ਹੁਣ ਇਨਵੈਸਟੀਗੇਸ਼ਨ ਕਰਾਂਗੇ ਉਸ ਹਿਸਾਬ ਨਾਲ ਜਿਸ ਹਿਸਾਬ ਨਾਲ ਸਾਨੂੰ ਸਟੇਟਮੈਂਟ ਹਾਸਿਲ ਹੋਈ ਜੀ। ਹਾਂ, ਉਹ ਪਹਿਲਾਂ ਘਰਵਾਲੀ ਦਾ ਕਰਤਾ ਸੀ, ਹੁਣ ਫਿਰ ਦੂਸਰੀ ਘਰਵਾਲੀ ਦਾ ਕਰਤਾ ਹੈ, ਅਤੇ ਇਹ ਬਿਲਕੁਲ ਸਹੀ ਹੈ ਗੱਲ, ਬਾਕੀ ਛਾਨਬੀਨ ਜਾਰੀ ਹੈ। ਕੈਂਚੀ ਵਰਤੀ ਸੀ, ਕੈਂਚੀ ਸੀਗੀ, ਕੱਪੜਾ ਕੱਟਣ ਵਾਲੀ ਕੈਂਚੀ ਹੁੰਦੀ ਹੈ ਜਿਹੜੀ, ਉਹ ਕੈਂਚੀ ਨਾਲ ਇਹਨੇ ਆਪਣਾ ਮਰਡਰ ਕੀਤਾ ਹੈਗਾ ਅਤੇ ਹੁਣ ਫਰਾਰ ਹੈ ਅਤੇ ਜਲਦੀ ਹੀ ਇਸ ਨੂੰ ਕਾਬੂ ਕਰ ਲਿਆ ਜਾਏਗਾ।